ਯਾਰੇ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਮੇਲਿਆਂ ਦੀ ਪੁਸਤਕ ਮੇਲਿਆਂ ਦੀ ਤੇ ਪੁਸਤਕ ਸੱਭਿਆਚਾਰ ਦੀ ਤੇ ਇਸ ਲਈ ਸਬੱਬ ਬਣਿਆ ਹੈ ਪੀਪਲ ਆਫ ਫੋਰਮ ਬਰਗਾੜੀ ਵੱਲੋਂ ਬਠਿੰਡੇ ਵਿੱਚ ਆਏ ਸਾਲ ਦਸੰਬਰ ਮਹੀਨੇ ਵਿੱਚ ਲਾਏ ਜਾਣ ਵਾਲੇ ਪੁਸਤਕ ਮੇਲੇ ਕਾਰ ਅਸਲ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਹੈ ਜਿਹੜੇ ਉਹ ਮੇਲਿਆਂ ਦੇ ਸ਼ਕੀਨ ਨੇ ਤੇ ਮੇਲੇ ਬਹੁਤ ਪ੍ਰਸਿੱਧ ਨਹੀਂ ਪੰਜਾਬ ਦੇ ਤੇ ਕੁਝ ਸਾਡੇ ਮੇਲੇ ਸੀ ਜਿਹੜੇ ਲੋਕ ਧਰਮ ਨਾਲ ਜੁੜੇ ਹੋਏ ਸੀ ਜਿਵੇਂ ਸ਼ਪਾਰ ਦਾ ਮੇਲਾ ਜਰਗ ਦਾ ਮੇਲਾ ਕੁਝ ਸਾਡੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਏ ਮੇਲੇ ਆ ਜਿਵੇਂ ਵਿਸਾਖੀ ਅਨੰਦਪੁਰ ਸਾਹਿਬ ਦੀ ਦੰਦਮਾ ਸਾਹਿਬ ਦੀ ਮੁਕਸਰ ਸਾਹਿਬ ਦੀ ਸ੍ਰੀ ਮੁਕਸਰ ਸਾਹਿਬ ਦੀ ਮਾਗੀ ਦਾ ਮੇਲਾ ਇਹ ਮੇਲੇ ਸਾਡੇ ਮਸ਼ਹੂਰ ਹੈ ਜਦੋਂ ਅਦਨ ਰਖਤਾ ਆਈ ਤਾਂ ਕਈ ਨਵੇਂ ਮੇਲੇ ਲੱਗਣ ਲੱਗੇ ਜਿਵੇਂ ਲੁਧਿਆਣਾ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਾ ਇਹਨਾਂ ਸਾਰੇ ਮੇਲਿਆਂ ਨਾਲੋਂ ਜਿਹੜਾ ਪੁਸਤਕ ਮੇਲਾ ਹੈ ਉਹ ਬੁਨਿਆਦੀ ਤੌਰ ਤੇ ਵੱਖਰੇ ਸੁਭਾਅ ਦਾ ਮੇਲਾ ਹੈ ਜਿੱਥੇ ਬਾਕੀ ਮੇਲੇ ਆ ਜਿਹੜੇ ਉਹ ਬਹੁਤ ਜ਼ਿਆਦਾ ਖੁਸ਼ੀ ਉਤਸ਼ਾਹ ਧਾਰਮਿਕ ਵਿਸ਼ਵਾਸ ਤੇ ਆਧਾਰਿਤ ਹੁੰਦੇ ਆ ਉੱਥੇ ਜਿਹੜੇ ਪੁਸਤਕ ਮੇਲੇ ਆ ਉਹ ਜ਼ਿਆਦਾਤਰ ਬੋਧਿਕਤਾ ਨੂੰ ਤੇ ਸੋਚ ਸੰਵੇਦਨਾ ਨੂੰ ਟੰਬਦੇ ਆ ਚਾਤ ਇਹਦੇ ਵਿੱਚ ਵੀ ਹੁੰਦਾ ਪਰ ਇਹ ਮੇਲੇ ਵੱਖਰੇ ਕਿਸਮ ਦੇ ਮੇਲੇ ਹੁਣ ਅਗਲੀ ਗੱਲ ਇਹ ਉੱਠਦੀ ਆ ਕਿ ਇਸ ਸਮੇਂ ਜਿਹੜੇ ਬਹੁਤੇ ਮੇਲੇ ਸੀ ਉਹ ਮੁਢਲੇ ਤੌਰ ਤੇ ਤਾਂ ਪ੍ਰਕਾਸ਼ਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕਿਤਾਬਾਂ ਦੀ ਵਿਕਰੀ ਵਧਾਉਣ ਲਈ ਲਾਏ ਜਾਂਦੇ ਤੋਂ ਉਹਨਾਂ ਮੇਲਿਆਂ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਚਾਹੇ ਉਹ ਜੈਪੁਰ ਦਾ ਲਟੇਰੀ ਫੈਸਟੀਵਲ ਹੋਵੇ ਚਾਹੇ ਉਹ ਜਿਹੜਾ ਹੈਗਾ ਮਿਲਟਰੀ ਲਟੇਰੀ ਫੈਸਟੀਵਲ ਹੋਵੇ ਕਿ ਜਿਹੜਾ ਫੌਜ ਦੇ ਗੌਰਵ ਗਾਨ ਕਰਦਾ ਹੈ ਉਹ ਚਾਹੇ ਕਿਸ਼ਵੰਤ ਸਿੰਘ ਦੀ ਯਾਦ ਦੇ ਵਿੱਚ ਵੀ ਕੁਝ ਦੇਰ ਮੇਲਾ ਲੱਗਿਆ ਤੇ ਉਹ ਮੇਲੇ ਉਸ ਰੂਪ ਦੇ ਸੀ ਇੱਕ ਮੇਲੇ ਆ ਕਿ ਜਿਹੜੇ ਕਹਿ ਸਕਦੇ ਹਾਂ ਕਿ NBTL ਆਉਂਦੀ ਹੈਗੀ ਨੈਸ਼ਨਲ ਜਿਹੜਾ ਬੁੱਕ ਟਰਸਟ ਹੈਗਾ ਉਹਦੇ ਵੱਲੋਂ ਮੇਲੇ ਲਾਇਆ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਉਦਦਮ ਕੀਤਾ ਕਾਫੀ ਦੇਰ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਇਹ ਮੇਲਿਆਂ ਦਾ ਆਯੋਜਨ ਕਰਦਾ ਹੈ ਪੁਸਤਕ ਮੇਲਿਆਂ ਦਾ ਜਦੋਂ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਹੈ ਤੇ ਉਸ ਸਮੇਂ ਨਵੰਬਰ ਮਹੀਨੇ ਦੇ ਵਿੱਚ ਉਸ ਮੇਲੇ ਦੇ ਵਿੱਚ ਵੀ ਪੁਸਤਕਾਂ ਦੀ ਵਿਕਰੀ ਹੁੰਦੀ ਹੈ ਪਰ ਬੁਨਿਆਦੀ ਤੌਰ ਤੇ ਉਹ ਮੇਲੇ ਦੀ ਜਿਹੜੀ ਸਟੇਜ ਆ ਉਹ ਪ੍ਰਮੁੱਖ ਹੁੰਦੀ ਜਿੱਥੇ ਨਾਟਕ ਹੁੰਦੇ ਆ ਸੈਮੀਨਾਰ ਹੁੰਦੇ ਆ ਕਵੀ ਦਰਬਾਰ ਹੁੰਦੇ ਆ ਕਵਤਾਵਾਂ ਹੁੰਦੀਆਂ ਫਿਲਮਾਂ ਹੁੰਦੀਆਂ ਨਾਲ ਨਾਲ ਪੁਸਤਕ ਵੀ ਫੋਰ ਵੀ ਜਿਹੜੇ ਕੋਈ ਵੀ ਵੱਡੇ ਸੱਭਿਆਚਾਰਕ ਸਮਾਜਿਕ ਸਮਾਗਮ ਹੁੰਦੇ ਆ ਉੱਥੇ ਕਿਤਾਬਾਂ ਦੀਆਂ ਸਟਾਲਾਂ ਲੱਗਦੀਆਂ ਪਰ ਜਿਸ ਮੇਲੇ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਮੇਲਾ ਬੁਨਿਆਦੀ ਤੌਰ ਤੇ ਪੰਜਾਬੀ ਸਹਿਤ ਨੂੰ ਪੰਜਾਬੀ ਸੱਭਿਆਚਾਰ ਨੂੰ ਪੁਸਤਕ ਸੱਭਿਆਚਾਰ ਨੂੰ ਸਮਰਪਿਤ ਹੈਗਾ ਇਹ ਮੇਲਾ ਪੀਪਲ ਫੋਰਮ ਬਰਗਾੜੀ ਵੱਲੋਂ ਕੁਝ ਸਾਲਾਂ ਤੋਂ ਬਠਿੰਡੇ ਦੇ ਵਿੱਚ ਦਸੰਬਰ ਦੇ ਵਿੱਚ ਲਾਇਆ ਜਾਂਦਾ ਹਾਲ ਦੀ ਘੜੀ ਇਹ ਟੀਚਰ ਹੋਮ ਦੇ ਵਿੱਚ ਲਾਇਆ ਤਾਂ ਇਹ ਜਿਹੜੇ ਮੇਲੇ ਨੇ ਇਹ ਮੇਲੇ ਕੇਵਲ ਕਿਤਾਬਾਂ ਦੀ ਵਿਕਰੀ ਲਈ ਨਹੀਂ ਹੁੰਦੇ ਸਗੋਂ ਇਹ ਇੱਕ ਸਬੱਬ ਹੁੰਦਾ ਹੈ ਕਿ ਤੁਸੀਂ ਉਹਨਾਂ ਕਿਤਾਬਾਂ ਦੇ ਲੇਖਕਾਂ ਨੂੰ ਮਿਲਦੇ ਆਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਕਾਸ਼ਕਾਂ ਨੂੰ ਮਿਲਦੇ ਆਂ ਪ੍ਰਕਾਸ਼ਕਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਆਲੋਚਕਾਂ ਨਾਲ ਗੱਲਬਾਤ ਹੁੰਦੀ ਆ ਕਵੀ ਦਰਬਾਰ ਹੁੰਦੇ ਆ ਤੇ ਸਭ ਤੋਂ ਜਿਹੜਾ ਜ਼ਰੂਰੀ ਆ ਕਿ ਜਿਹੜੇ ਸਾਡੇ ਸਮਾਜ ਦੇ ਅਹਿਮ ਮਸਲੇ ਹੁੰਦੇ ਆ ਉਹਨਾਂ ਅਹਿਮ ਮਸਲਿਆਂ ਬਾਰੇ ਗੱਲਬਾਤ ਹੁੰਦੀ ਆ ਤੋ ਉਹ ਜਿਹੜੇ ਅਹਿਮ ਮਸਲੇ ਨੇ ਕਿ ਕਿਸੇ ਸਮੇਂ ਸਮਾਜ ਦੇ ਜਿਹੜੇ ਭਖਵੇਂ ਬੁਨਿਆਦੀ ਮੁੱਦੇ ਨੇ ਉਹਨਾਂ ਤੇ ਆਮ ਨਿਤਦੀ ਚੱਲਦੀ ਪੋਲਿਟਿਕਸ ਤੋਂ ਪਾਸੇ हट ਕੇ ਤੇ ਰੋਜ਼ ਦੀ ਜਿਹੜੀ ਯੂਨੀਵਰਸਿਟੀਆਂ ਦੇ ਵਿੱਚ ਜਾਂ ਹੋਰ ਅਕਾਦਮਿਕ ادارےਾਂ ਵਿੱਚ ਚੱਲਦੀ ਅਕਾਦਮਿਕ ਬਹਿਸ ਤੋਂ ਪਾਸੇ हट ਕੇ ਖੁੱਲੇ ਮਨ ਨਾਲ ਵਿਚਾਰ ਕੀਤਾ ਜਾਂਦਾ ਹੈ ਤਾਂ ਇਸ ਵਾਰ ਦਾ ਜਿਹੜਾ ਮੇਲਾ ਲੱਗ ਰਿਹਾ ਉਹ 25 ਦਸੰਬਰ ਤੋਂ ਉਹ ਮੇਲਾ ਲੱਗ ਰਿਹਾ ਹੈ ਸ਼ਨੀਵਾਰ ਤੋਂ ਉਹ ਮੇਲਾ ਲੱਗ ਰਿਹਾ ਤਾਂ ਮੇਲੇ ਦੇ ਪਹਿਲੇ ਦਿਨ ਇਹ ਸਾਰਾ ਮੇਲਾ ਜਿਹੜਾ ਕਿਸਾਨ ਸੰਘਰਸ਼ ਨੂੰ ਸਮਰਪਿਤ ਆ ਮੇਲੇ ਦਾ ਜਿਹੜਾ ਪਹਿਲਾ ਦਿਨ ਹੀ ਆ ਉਸ ਦੇ ਵਿੱਚ ਜਿਹੜਾ ਮੁੱਖ ਭਾਸ਼ਣ ਆ ਜਿਹੜਾ ਮੁੱਖ ਲੈਕਚਰ ਉਹ ਦਿਵਿੰਦਰ ਕੁਮਾਰ ਨੇ ਕਰਨ। ਦਿਵਿੰਦਰ ਕੁਮਾਰ ਸੱਚਮੁੱਚ ਜਿਹੜਾ ਕਿਸਾਨੀ ਕਿਹਾ ਜਾ ਸਕਦਾ ਘੋਲ ਉਹਦੇ ਪਿੱਛੇ ਜਿਹੜਾ ਕਿਸਾਨ ਦਾ ਪੱਖ ਆ ਉਜ ਇੱਕ ਵਕੀਲ ਵਾਂਗ ਰੱਖਣ ਵਾਲਾ ਵਿਅਕਤੀ ਸੀਗਾ ਬਿਨਾਂ ਸ਼ੱਕ ਉਹ ਪੀਸਾਈ ਨਾਸੀ ਬਿਨਾਂ ਸ਼ੱਕ ਉਹ ਦਵਿੰਦਰ ਕੁਮਾਰ ਸੀ ਦਵਿੰਦਰ ਕੁਮਾਰ ਦਾ ਭਾਰਤ ਦੀ ਖੇਤੀ ਆਰਥਿਕਤਾ ਤੇ ਬਹੁਤ ਉਮਦਾ ਕੰਮ ਉਸ ਨੂੰ ਬਹੁਤ ਜਾਣਕਾਰੀ ਹੈ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਕਿਵੇਂ ਵਿਸ਼ਵ ਉਪਾਰ ਸੰਸਥਾ ਵਿਸ਼ព ਦੇ ਵਿੱਚ ਦਬਾਅ ਕਿਵੇਂ ਆ ਕਿਉਂਕਿ ਬਹੁਤ ਵਾਰੀ ਕਿਹਾ ਜਾਂਦਾ ਹੈਗਾ ਕਿ ਵਿਦੇਸ਼ਾਂ ਵਿੱਚ ਖੇਤੀ ਕਿਵੇਂ ਆ ਉਹਦੇ ਨਾਲ ਜੜੀਆਂ ਤੁਲਨਾ ਦੀਆਂ ਗੱਲਾਂ ਕਿਵੇਂ ਜਿਹੜੇ ਮੌਜੂਦਾ ਕਾਨੂੰਨ ਸੀਗੇ ਜਿਹੜੇ ਬਣਾਏ ਗਏ ਸੀ ਕਾਨੂੰਨ ਜਿਹੜੇ ਹੁਣ ਰੱਦ ਹੋ ਗਏ ਉਹ ਕਿਵੇਂ ਕਿਸਾਨ ਵਿਰੋਧੀ ਨੇ ਇਹਦੇ ਬਾਰੇ ਜਿਹੜੀਆਂ ਦਵਿੰਦਰ ਕੁਮਾਰ ਦੀਆਂ ਦਲੀਲਾਂ ਨੇ ਉਹ ਸੱਚਮੁੱਚ ਵੱਡੀਆਂ ਨੇ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀ ਚਾਹੇ ਉਹ ਸਵਰਾਜ ਵੀਰ ਹੋਵੇ ਤੇ ਚਾਹੇ ਸਾਡੇ ਇਕਨੋਮਿਕਸ ਦੇ ਗਿਆਨ ਸਿੰਘ ਹੋਣ ਪ੍ਰੋਫੈਸਰ ਗਿਆਨ ਸਿੰਘ ਹੋਣ ਜਾਇ ਸਖਪਾਲ ਹੋਵੇ ਉਹਨਾਂ ਨੇ ਬੜੀ ਗਹਿ ਗੱਛਵੀਂ ਇੱਕ ਅਕਾਦਮਿਕ ਲੜਾਈ ਲੜੀ ਆ ਪਰ ਨਿਸ਼ਚੈ ਹੀ ਦਵਿੰਦਰ ਕੁਮਾਰ ਨੇ ਇਸ ਨੂੰ ਅੰਤਰਰਾਸ਼ਟਰੀ ਪਰਪੇਖ ਵਿੱਚ ਰੱਖਿਆ ਉਹ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਤਿੰਨਾ ਪਸ਼ਾਵਾਂ ਦੇ ਵਿੱਚ ਹੀ ਬੋਲਦੇ ਆ ਲਿਖਦੇ ਆ ਆਪਣੀ ਗੱਲ ਸਮਝਾਉਂਦੇ ਆ ਉਹਨਾਂ ਨੂੰ ਸੁਣਨਾ ਬੜਾ ਵਧੀਆ ਲੱਗੇਗਾ ਜਰੂਰ ਸੁਣਿਆ ਜੋ ਕਿਉਂਕਿ ਉਸੇ ਹੀ ਸੈਸ਼ਨ ਦੇ ਵਿੱਚ ਤੁਹਾਨੂੰ ਸਰਜੀਤ ਪਾਤਰ ਜੀ ਵੀ ਪ੍ਰਧਾਨਗੀ ਕਰਨਗੇ ਉਸੇ ਦੇ ਵਿੱਚ ਹੀ ਕੇਵਲ ਧਾਲੀਵਾਲ ਹੋਣਗੇ ਉਸੇ ਸੈਸ਼ਨ ਦੇ ਵਿੱਚ ਹੀ ਤੁਸੀਂ ਇਹ ਵੀ ਜਾਣੋਗੇ ਕਿ ਕਿਸ ਤਰ੍ਹਾਂ ਜਿਹੜਾ ਸਾਡਾ ਇੱਕ ਸਰਮੌਰ ਸ਼ਾਇਰ ਪਾਤਰ ਉਸ ਨੇ ਕਿਸ ਕਿਸਮ ਦੀਆਂ ਰਚਨਾਵਾਂ ਜਿੰਨੇ ਲਿਖੀਆਂ ਹੈ ਪਹਿਲੇ ਦਿਨ ਹੀ ਸ਼ਾਮ ਨੂੰ ਫਿਰ ਇੱਕ ਕਥਾ ਦੀ ਗੱਲ ਚੱਲਣੀ ਹੈ ਬਲਵੀਰ ਪਰਵਾਨਾ ਜੀ ਹੋਣਗੇ ਨਿੰਦਰਿਕ ਗਿਆਨ ਵੀ ਹੋਵੇਗਾ ਗਰਮੀਤ ਕਿੜਿਆਲ ਵੀ ਹੋਵੇਗਾ ਇਹ ਅਸਲ ਦੇ ਵਿੱਚ ਤਾਂ ਸੱਚਦਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਦੋ ਮਾਇਕ ਸਾਡੇ ਵੱਡੇ ਕਹਾਣੀਕਾਰ ਗੁਰਦੇਵ ਰਪਾਣਾ ਤੇ ਮੋਹਣ ਭੰਡਾਰੀ ਜੀ ਵਿਛੜੇ ਆ ਉਹਨਾਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਹੋਵੇਗਾ ਪਰ ਅਸਲ ਵਿੱਚ ਗੱਲ ਆ ਜਿਹੜੀ ਉਹ ਸਮਕਾਲੀ ਗਲਪਕਾਰੀ ਦੀ ਤੇ ਸਮਕਾਲੀ ਵਾਰਤਕ ਦੀ ਹੋਵੇਗੀ ਦੂਸਰਾ ਦਿਨ ਲਗਭਗ ਸਾਰਾ ਦਿਨੀ ਇਸ ਗੱਲ ਤੇ ਸਮਰਪਿਤ ਹੋਵੇਗਾ ਕਿ ਮਾਰਕਸਵਾਦੀ ਨਜ਼ਰੀਏ ਤੋਂ ਪੰਜਾਬ ਦੇ ਨਜ਼ਰੀਏ ਤੋਂ ਪੰਜਾਬ ਦੇ ਪਿੰਡਾਂ ਦੀ ਕੀ ਸਥਿਤੀ ਹੈਗੀ ਹੈ ਪਿੰਡ ਬਦਲਦਾ ਰਿਹਾ ਕਿਸ ਦਿਸ਼ਾ ਵੱਲ ਬਦਲ ਰਿਹਾ ਤੇ ਕਿਸ ਦਿਸ਼ਾ ਵੱਲ ਬਦਲਣਾ ਚਾਹੀਦਾ ਹੈ ਹਿਸਟਰੀ ਦੇ ਪ੍ਰੋਫੈਸਰ ਸੋਲ ਪ੍ਰੋਫੈਸਰ ਪਸ਼ਵਿੰਦਰ ਸਿਆਲ ਇਹ ਗੱਲਬਾਤ ਕਰਨਗੇ ਨਿਸ਼ਚੈ ਹੀ ਇਹ ਜਿਹੜੀਆਂ ਗੱਲਾਂ ਬਾਤਾਂ ਉਹ ਸ਼ਾਮ ਨੂੰ ਮੁੱਕਣ ਗਈਆਂ ਕਵਿਤਾ ਦੇ ਨਾਲ ਗੁਰਤੇਜ ਕਹਾਰਵਾਲਾ ਦੀ ਕਵਿਤਾ ਦੇ ਜਿਹੜਾ ਹਵਾਲੇ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਦੀ ਨਵੀਂ ਨਵੀਂ ਕੈਦ ਗਈ ਕਿਤਾਬ ਆ ਜਿਹੜੀ ਉਸ ਦੇ ਸਬੰਧ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਅਸਲ ਵਿੱਚ ਇਹ ਸਾਰਾ ਦਿਨ ਇਹ ਸਮਝਣ ਤੇ ਯਤਨ ਹੋਵੇਗਾ ਕਿ ਪੰਜਾਬ ਦਾ ਪਿੰਡ ਬਦਲ ਤਰਿਆ ਪਰ ਕਿਸ ਕਿਸਮ ਨਾਲ ਬਦਲ ਰਿਹਾ ਹੈ ਬੌਧਿਕ ਤੌਰ ਤੇ ਅਦਨੁਕਤਾ ਨੇ ਪਿੰਡਾਂ ਦੇ ਵਿੱਚ ਕੀ ਦਖਲਅੰਦਾਜ਼ੀ ਕੀਤੀ ਹੈ ਤੇ ਉਸ ਤੋਂ ਅਗਲਾ ਦਿਨ ਨਸਤੇਹੀ ਉਸ ਵਿੱਚ ਇੱਕ ਜਿਹੜਾ ਸੈਸ਼ਨ ਹੈਗਾ ਉਹ ਸੈਸ਼ਨ ਕਵਤਾ ਦੇ ਬਾਰੇ ਹੋਊਗਾ ਜਗਵਿੰਦਰ ਜੋਦਾ ਦੀ ਕਿਤਾਬ ਤੇ ਗੱਲ ਹੋਊਗੀ ਜਗਵਿੰਦਰ ਜੋਦਾ ਹਾਜ਼ਰ ਹੋਵੇਗਾ ਇਸੇ ਤਰ੍ਹਾਂ ਹੀ ਵਿਵੇਜ ਵਿਵੇਕ ਦੀ ਕਿਤਾਬ ਤੇ ਗੱਲ ਹੋਵੇਗੀ ਨੀਤੂ ਰੋੜਾ ਉਹ ਸੈਸ਼ਨ ਨੂੰ ਚਲਾਵੇਗੀ ਦਾਸ ਵੀ ਉਸ ਵਿੱਚ ਹਾਜ਼ਰ ਹੋਵੇਗਾ ਔਰ ਆਖਰੀ ਦਿਨ ਹੋਰ ਵੀ ਬਹੁਤ ਕੁਝ ਹੋਵੇਗਾ ਪਰ ਇੱਕ ਵੱਡੀ ਗੱਲ ਹੈਗੀ ਆ ਕਿ ਕਿਸਾਨ ਅੰਦੋਲਨ ਨਾਲ ਜੁੜੇ ਡਾਕਟਰ ਸੁਮੇਂ ਮਾਨ ਸਿੰਘ ਦਾ ਉਸ ਦਿਨ ਸਨਮਾਨ ਵੀ ਹੋਏਗਾ ਅਸਲ ਦੇ ਵਿੱਚ ਤੇ ਇਹ ਤੇ ਉਹ ਜਿਹੜਾ ਫਾਰਮਲ ਪ੍ਰੋਗਰਾਮ ਆ ਜਿਹੜਾ ਰਸਮੀ ਪ੍ਰੋਗਰਾਮ ਹੈ ਇਹਦੇ ਵਿੱਚ ਕੁਝ ਹੋਰ ਪ੍ਰੋਗਰਾਮ ਵੀ ਸ਼ਾਮਲ ਅਸਲ ਗੱਲ ਤੇ ਇਹ ਆ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਬਹਾਨੇ ਜਿਹੜੀ ਗੱਲਬਾਤ ਹੁੰਦੀ ਆ ਮੈਂ ਸਮਝਦਾ ਕਿ ਉਹ ਦੋ ਚੀਜ਼ਾਂ ਤੋਂ ਮੁਕਤ ਆ ਉਹ ਨਾ ਤਾਂ ਜਿਹੜਾ ਸਾਡਾ ਰਾਜ ਸੀ ਵਰਤਾਂਤ ਚੱਲ ਰਿਹਾ ਨੈਰੇਟਿਵ ਚੱਲ ਰਿਹਾ ਉਸ ਦੇ ਭਾਸ਼ਣਕਾਰੀ ਲੱਛੇਦਾਰ ਭਾਸ਼ਣਕਾਰੀ ਰੈਟੋਰਿਕ ਤੋਂ ਵੀ ਮੁਕਤ ਹੁੰਦਾ ਹੈ ਤੇ ਨਾਲ ਦੀ ਨਾਲ ਇਹ ਜਿਹੜੀ ਅਕੈਡਮਿਕ ਬਹਿਸ ਹੁੰਦੀ ਹੈ ਜਿਹਦਾ ਸਬੰਧ ਸਿਰਫ ਅੰਕੜਿਆਂ ਨਾਲ ਤੱਥਾਂ ਨਾਲ ਤੇ ਇਤਿਹਾਸ ਨਾਲ ਬਤੇਰੇ ਹੁੰਦਾ ਲੋਕਾਂ ਦੀ ਜ਼ਿੰਦਗੀ ਨਾਲ ਜਾਂ ਯਥਾਰਥ ਨਾਲ ਘੱਟ ਹੁੰਦਾ ਪਰ ਇਹੋ ਜਿਹੇ ਮੇਲਿਆਂ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਉਹ ਗੱਲ ਇਸ ਪੱਖੋਂ ਬੜੀ ਮਹੱਤਵਪੂਰਨ ਹੁੰਦੀ ਹੈ ਕਿ ਉਹ ਗੱਲ ਸਪਸ਼ਟ ਰੂਪ ਵਿੱਚ ਹੁੰਦੀ ਆ ਸਿੱਧੀ ਹੁੰਦੀ ਆ ਤੇ ਲੋਕਾਂ ਦੇ ਜਜ਼ਬਾਤਾਂ ਨੂੰ ਵੀ ਸਮਝਦੀ ਆ ਲੋਕਾਂ ਦੇ ਬੌਧਿਕ ਪੱਧਰ ਨੂੰ ਵੀ ਖਿਆਲ ਰੱਖਦੀ ਆ ਤੇ ਪੰਜਾਬ ਦੇ ਭਵਿੱਖ ਨੂੰ ਵੀ ਠਹਾਰ ਰੱਖਦੀ ਆ ਇਹੋ ਜਿਹਾ ਮੇਲਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮੈਂ ਸਮਝਦਾ ਕਿ ਇੱਕ ਵੱਡਾ ਇੱਕ ਤਰ੍ਹਾਂ ਦਾ ਤੁਹਾਡੇ ਲਈ ਬੌਧਿਕ ਪੱਧਰ ਤੇ ਵੀ ਤੇ ਸਮਾਜਿਕ ਮੇਲਜੋਲ ਪੱਖੋਂ ਵੀ ਤੇ ਸੱਭਿਆਚਾਰਕ ਪੱਖੋਂ ਵੀ 25 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇੱਕ ਵੱਡੀ ਫੀਸਟ ਆ ਬਠਿੰਡੇ ਦੇ ਵਿੱਚ ਆਣਾ Meldenha, Chukria, Tanuat.